ਉਸ ਵੇਲੇ ਲਾਹੌਰ ਸੀ, ਅੱਜ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਹੈ ਮਾੜੀ ਕੰਬੋਕੇ। ਉਸ ਪਿੰਡ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ 1707 ਈਸਵੀ ਨੂੰ। ਪਿਤਾ ਦਾ ਨਾਮ ਹੈ ਭਾਈ ਲੱਦਾ ਜੀ, ਮਾਤਾ ਦਾ ਨਾਮ ਹੈ ਹਰ ਕੌਰ। ਬੱਚੇ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਸੁੱਖਾ ਸਿੰਘ। ਉਸ ਵੇਲੇ ਅੱਜ ਵੀ ਹੈ, ਦੋ ਤਰ੍ਹਾਂ ਦੇ ਸਿੱਖ ਜਿਹੜੇ ਸਨ ਪੰਜਾਬ ਦੇ ਵਿੱਚ ਰਿਹਾ ਕਰਦੇ ਸੀ। ਇੱਕ ਉਹ ਸਿੱਖ ਸਨ ਜਿਹੜੇ ਬਿਲਕੁਲ ਹਕੂਮਤ ਦੇ ਵਿਰੋਧ ਵਿੱਚ ਚੱਲਦੇ ਹੈ, ਜਿੱਥੇ ਵੀ ਟੱਕਰ ਹੋ ਜਾਏ ਹਕੂਮਤ ਨਾਲ, ਸਰਕਾਰ ਨਾਲ ਲੜਦੇ ਹੈ, ਔਰ ਜੇ ਉਹਨਾਂ ਦਾ ਦਾਅ ਲੱਗ ਜਾਵੇ ਸਿੱਖਾਂ ਦਾ ਤਾਂ ਹਕੂਮਤ ਦਾ ਸਾਰਾ ਕੁਝ ਖੋਹ ਕੇ ਵੀ ਦੌੜ ਜਾਂਦੇ ਹੈ। ਦੂਸਰੇ ਉਹ ਸਨ ਜਿਹੜੇ ਪੰਜਾਬ ਦੇ ਵਿੱਚ ਕਿਰਤੀ ਸਿੱਖ ਰਹਿੰਦੇ ਸੀ, ਉਹ ਹਕੂਮਤ ਨੂੰ ਟੈਕਸ ਵੀ ਭਰ ਦਿੰਦੇ ਸੀ, ਰਹਿੰਦੇ ਵੀ ਸੀ, ਅਤੇ ਉਹ ਲੜਾਈ ਝਗੜਾ ਨਹੀਂ ਸੀ ਕਰਦੇ। ਇਹ ਦੋ ਤਰ੍ਹਾਂ ਦੇ ਸਿੱਖਾਂ ਦੇ ਵਿੱਚੋਂ ਦਲ ਖਾਲਸਾ ਬਾਹਰ ਜੰਗਲਾਂ 'ਚ ਰਹਿੰਦਾ ਹੈ, ਅਤੇ ਜਿਹੜੇ ਬਾਕੀ ਸਿੱਖ ਹੈ ਉਹ ਘਰਾਂ 'ਚ ਰਹਿੰਦੇ ਆ। ਉਹ ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਕਰਦੇ ਨਹੀਂ ਸੀ, ਪਰ ਉਹਨਾਂ ਦੀ ਹਮਦਰਦੀ ਜ਼ਰੂਰ ਸੀ ਜਿਹੜੇ ਜੰਗਲਾਂ ਵਿੱਚ ਬੈਠੇ ਸਿੱਖ ਉਹਨਾਂ ਵਾਸਤੇ। ਅਤੇ ਮੈਨੂੰ ਮਾਫ਼ ਕਰੋਗੇ, ਅੱਜ ਹਮਦਰਦੀ ਵੀ ਖਤਮ ਹੋ ਗਈ। ਪੁਰਾਤਨ ਸਮੇਂ ਦੇ ਵਿੱਚ ਸਿੱਖਾਂ ਦੀ ਹਮਦਰਦੀ ਸੀ ਜਿਹੜੇ ਬਾਹਰ ਸੰਘਰਸ਼ ਕਰ ਰਹੇ ਸੀ, ਅੱਜ ਹਮਦਰਦੀ ਵੀ ਖਤਮ ਹੋ ਗਈ। ਜਿਹੜਾ ਸਿੱਖ ਦੇ ਸਿੱਖੀ ਦੀ ਗੱਲ ਕਰਦਾ ਏ, ਜਿਹੜਾ ਆਪਣੇ ਰਾਜ ਦੀ ਗੱਲ ਕਰਦਾ ਏ, ਅਸੀਂ ਉਲਟਾ ਉਹਨੂੰ ਕੋਸਦੇ ਹਾਂ, ਇਹ ਫਿਰ ਖਲਾਰਾ ਪਾਏਗਾ ਸਾਡੇ ਵਾਸਤੇ, ਇਹ ਫਿਰ ਦੁਬਾਰਾ ਤੋਂ ਬਰਬਾਦ ਕਰਾਏਗਾ। ਕੋਸਦੇ ਹਾਂ, ਹਮਦਰਦੀ ਨਹੀਂ ਪ੍ਰਗਟ ਕਰਦੇ ਵੀ ਇਹ ਸਾਡੀ ਖਾਤਰ ਲੜ ਰਿਹਾ ਏ। ਇਹਨੂੰ ਕਹਿੰਦੇ ਜ਼ਮੀਰ ਦਾ ਮਰ ਜਾਣਾ। ਇਹਨੂੰ ਸਤਿਗੁਰੂ ਕਹਿ ਰਹੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਛ ਖਾਏ। ਇਹੀ ਹੈ ਜ਼ਮੀਰ ਦਾ ਮਰਨਾ, ਆਪਾਂ ਉਹਨੂੰ ਕੋਸਦੇ ਹਾਂ। ਉਦੋਂ ਦੋ ਤਰ੍ਹਾਂ ਦੇ ਸਿੱਖ ਜਿਹੜੇ ਸਨ, ਜਿਹੜੇ ਘਰਾਂ 'ਚ ਬੈਠੇ ਹੈ ਨਾ, ਉਹਨਾਂ ਦੀ ਵੀ ਹਮਦਰਦੀ ਸੀ ਜਿਹੜੇ ਜੰਗਲਾਂ ਵਿੱਚ ਬੈਠੇ ਉਹਨਾਂ ਸਿੱਖਾਂ ਦੇ ਨਾਲ। ਅਤੇ ਇਹ ਆਮ ਕਰਕੇ ਭਾਈ ਲੱਦਾ ਜੀ, ਮਾਤਾ ਹਰ ਕੌਰ, ਹੋਰ ਜਿਹੜੇ ਕਿਰਤੀ ਸਿੱਖ ਇੱਦਾਂ ਰਿਹਾ ਕਰਦੇ ਸੀ, ਉਹਨਾਂ ਨੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕੀਤੀ। ਅਤੇ ਸੁੱਖਾ ਸਿੰਘ ਜਿਹੜਾ ਉਹ ਜਵਾਨ ਹੋਇਆ। ਜਵਾਨ ਹੋਣ ਤੋਂ ਬਾਅਦ ਜਦੋਂ ਕੰਨਾਂ ਦੇ ਵਿੱਚ ਸਿੱਖਾਂ ਦੇ ਸਿਦਕ ਦੀਆਂ ਗੱਲਾਂ ਪੈਂਦੀਆਂ ਵੀ ਸਿੱਖ ਇੰਨੀ ਬਹਾਦਰੀ ਨਾਲ ਲੜਦੇ ਹੈ, ਮੁਗਲਾਂ ਦੇ ਉਹਨਾਂ ਨੇ ਆਹੂ ਲਾ ਕੇ ਰੱਖ ਦਿੱਤੇ, ਅਤੇ ਮਨ ਵਿੱਚ ਵਿਚਾਰ ਬਣਦਾ ਹੈ ਕਿਉਂ ਨਾ ਮੈਂ ਵੀ ਸਿੱਖ ਬਣ ਜਾਵਾਂ। ਕਿਉਂਕਿ ਜਦੋਂ ਇੱਕ ਸਿੱਖ ਦੂਜੇ ਵੱਲ ਵੇਖਦਾ ਹੈ ਨਾ, ਅਤੇ ਉਹਦੇ ਵੱਲ ਵੇਖ ਕੇ ਮਨ ਵਿੱਚ ਚਾਅ ਪੈਦਾ ਹੁੰਦਾ, ਮੈਂ ਇੱਦਾਂ ਦਾ ਬਣਨਾ ਚਾਹੁੰਦਾ। ਮੈਨੂੰ ਮਾਫ਼ ਕਰਿਓ ਜੇ ਅੱਜ ਦੇ ਸਮੇਂ ਦੀ ਗੱਲ ਹੀ ਬਿਲਕੁਲ ਉਲਟ ਹੈ। ਅੱਜ ਵੀ ਅਸੀਂ ਬਣਨਾ ਚਾਹੁੰਦੇ ਹਾਂ, ਲੇਕਿਨ ਬਾਨਾ ਉੱਦਾਂ ਦੇ ਚਾਹੁੰਦੇ ਹਾਂ ਜਿਹੜੇ ਸਾਨੂੰ ਨਚਾਰ ਬਣਾ ਦਿੰਦੇ ਆ। ਬਾਨਾ ਅਸੀਂ ਉੱਦਾਂ ਦੇ ਚਾਹੁੰਦੇ ਹਾਂ ਜਿਹੜੇ ਸਾਨੂੰ ਸਮਾਜ ਦੇ ਚੰਗੇ ਕੰਮ ਤੋਂ ਭਟਕਾ ਦਿੰਦੇ ਆ, ਉਹਨਾਂ ਦੇ ਮਗਰ ਲੱਗ ਕੇ। ਦੱਸੋ, ਮੈਨੂੰ ਮਾਫ਼ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿਣਾ ਤਾਂ ਨਹੀਂ ਬਣਦਾ। ਪਿਛਲੇ ਕਈ ਦਿਨਾਂ ਤੋਂ ਇੱਕੋ ਹੀ ਰੱਟ ਲੱਗੀ ਹੈ, ਇੱਕ ਗੱਡੀ ਚਲਾਉਣੀ ਸਿੱਖ ਲਈ, ਅਤੇ ਉਹਦੇ ਵਿੱਚ ਕਿਹੜੀ ਵੱਡੀ ਇੱਕ ਪ੍ਰਾਪਤੀ ਕਰ ਲਈ। ਸਾਰੇ ਪੰਜਾਬ ਦਾ ਧਿਆਨ ਇੱਕੋ ਪਾਸੇ, ਕਿਸੇ ਨੇ ਚੇਤੇ ਨਹੀਂ ਕੀਤਾ ਵੀ ਕੋਈ ਕਿਸਾਨੀ ਸੰਘਰਸ਼ ਦਾ ਕੋਈ ਮੋਰਚਾ ਲੱਗਾ ਹੋਇਆ, ਕਿਸੇ ਨੇ ਚੇਤੇ ਨਹੀਂ ਕੀਤਾ। ਜੇਲ੍ਹਾਂ 'ਚ ਬੈਠੇ ਸਿੱਖ ਮਹੀਨੇ ਇੱਕ ਤੋਂ ਭੁੱਖੇ ਬੈਠੇ ਹੈ, ਕਿਸੇ ਨੇ ਚੇਤੇ ਨਹੀਂ ਕੀਤਾ। ਬਸ ਸਾਰਿਆਂ ਦਾ ਧਿਆਨ ਇੱਕ ਗੱਡੀ 'ਤੇ ਲੱਗਾ ਹੋਇਆ, ਇਹਦਾ ਕੀ ਭਾਵ ਹੈ? ਆਪਣੀ ਮਾਨਸਿਕਤਾ ਖੜ੍ਹੀ ਕਿੱਥੇ ਕੋ ਹੈ? ਅਸੀਂ ਇੱਦਾਂ ਦੇ ਬਣਨਾ ਚਾਹੁੰਦੇ ਹਾਂ? ਹਾਂ, ਸੱਚ ਹੈ, ਬਣ ਦਾ ਯਤਨ ਕਰੀਏ, ਲੇਕਿਨ ਕਿਸੇ ਸਿੱਖ ਵੱਲ ਵੇਖ ਕੇ ਕਹੀਏ, ਕਿਸੇ ਮਰਜੀਵੜੇ ਦੀ ਕਿਤਾਬ ਪੜ੍ਹ ਕੇ ਕਹੀਏ, ਹਾਂ ਅਸੀਂ ਇੱਦਾਂ ਦੇ ਪੁਰਾਤਨ ਜੁਝਾਰੂ ਸਿੱਖ ਵਰਗੇ ਬਣਨਾ ਚਾਹੁੰਦੇ ਹਾਂ। ਭਾਈ ਸੁੱਖਾ ਸਿੰਘ ਕਹਿੰਦਾ, ਮੈਂ ਇੱਦਾਂ ਦਾ ਸਿੱਖ ਬਣਨਾ ਚਾਹੁੰਦਾ ਜਿਹੜਾ ਹਜ਼ਾਰਾਂ ਦੇ ਨਾਲ ਲੜ ਜਾਂਦਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਇਆ, ਉਹਨੇ ਆਣ ਕੇ ਨਵਾਬ ਕਪੂਰ ਸਿੰਘ ਜੀ ਦੇ ਕੋਲੋਂ ਅੰਮ੍ਰਿਤ ਪਾਨ ਕਰ ਲਿਆ। ਅੰਮ੍ਰਿਤ ਪਾਨ ਕਰਕੇ, ਅਜੇ ਚੜ੍ਹਦੀ ਜਵਾਨੀ ਸੀ,
12 ਕੁ ਸਾਲ ਦੀ ਉਮਰ ਅਤੇ ਉਸ ਵੇਲੇ ਦੇ ਨਾਲ ਬੜੇ ਚਾਅ ਦੇ ਨਾਲ ਸੇਵਾ ਕਰਦਾ ਹੈ, ਸਿੱਖਾਂ ਦੀ ਸੇਵਾ ਕਰਦਾ, ਆਪਣੇ ਘਰ ਦੇ ਵਿੱਚੋਂ ਲਿਜਾ ਕੇ ਸਿੱਖਾਂ ਨੂੰ ਜਲ ਪਾਣੀ ਛਕਾਉਂਦਾ। ਜੇ ਕੋਈ ਘਰ ਦੇ ਵਿੱਚ ਆ ਜਾਏ ਤਾਂ ਉਹਨੂੰ ਬੜੇ ਪ੍ਰੇਮ ਦੇ ਨਾਲ ਜਲ ਪਾਣੀ ਛਕਾਉਂਦਾ। ਜਦੋਂ ਸਿੱਖੀ ਦੀ ਗੱਲ ਕਰਨ ਲੱਗਾ ਤਾਂ ਜਿੱਥੇ ਸੱਚ ਜਾਣਿਓ ਹਮਦਰਦੀ ਵਾਲੇ ਹੁੰਦੇ ਆ ਨਾ, ਉੱਥੇ ਵਿਰੋਧੀ ਵੀ ਬਹੁਤ ਹੁੰਦੇ ਆ। ਬਲਕਿ ਇਉਂ ਕਿਹਾ ਜਾ ਸਕਦਾ ਹਮਦਰਦੀ ਵਾਲਾ ਤਾਂ ਇੱਕ ਅੱਧਾ ਹੀ ਹੁੰਦਾ, ਬਹੁਤੇ ਸਾਰੇ ਵਿਰੋਧੀ ਹੁੰਦੇ ਆ। ਉਸੇ ਵੇਲੇ ਦੇ ਨਾਲ ਕਿਸੇ ਨੇ ਜਾ ਕੇ ਫੌਜਦਾਰ ਨੂੰ ਚੁਗਲੀ ਲਾ ਦਿੱਤੀ ਕਿ ਪਿੰਡ ਦੇ ਵਿੱਚ ਸ਼ਬਦ ਕਹਿਣਾ ਤਾਂ ਨਹੀਂ ਬਣਦਾ, ਪਰ ਉਸ ਵੇਲੇ ਜਿਹੜਾ ਵਰਤਿਆ ਗਿਆ ਕਿ ਤਰਖਾਣਾ ਦਾ ਇੱਕ ਬੱਚਾ ਜਿਹੜਾ ਉਹ ਸਿੱਖ ਬਣ ਗਿਆ। ਫੌਜ ਚੜ੍ਹ ਕੇ ਆ ਗਈ ਉਸੇ ਵੇਲੇ ਦੇ ਨਾਲ, ਸਿੱਖ ਬਣ ਗਿਆ, ਇਹ ਤਾਂ ਸਭ ਤੋਂ ਵੱਡਾ ਜ਼ੁਲਮ ਹੈ। ਜਦੋਂ ਭਾਈ ਸੁੱਖਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ, ਕੁਦਰਤੀ ਤੌਰ ਦੇ ਉੱਪਰ ਉਹ ਘਰ ਦੇ ਵਿੱਚ ਨਹੀਂ ਹੈਗੇ। ਫੌਜਦਾਰ ਨੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਧਮਕਾਉਣ ਦਾ ਯਤਨ ਕੀਤਾ ਅਤੇ ਵਾਪਸ ਚਲਿਆ ਗਿਆ। ਹੁਣ ਮਾਤਾ ਪਿਤਾ ਦੇ ਵਿੱਚ ਵੀ ਚਿੰਤਾ ਹੋਈ, ਚਲੋ ਉਹ ਵੱਖਰੀ ਗੱਲ ਹੈ, ਮਾਂ ਦੇ ਅੰਦਰ ਮਮਤਾ ਹੁੰਦੀ ਹੈ, ਉਹ ਮਮਤਾ ਦੇ ਵੱਸ ਚਾਹੁੰਦੀ ਨਹੀਂ ਮੇਰੇ ਪੁੱਤਰ ਦਾ ਕੋਈ ਨੁਕਸਾਨ ਹੋ ਜਾਵੇ, ਕਦੇ ਵੀ ਨਹੀਂ ਚਾਹੁੰਦੀ। ਹੁਣ ਉਹਨਾਂ ਨੇ ਮਮਤਾ ਵੱਸ ਭਾਈ ਸੁੱਖਾ ਸਿੰਘ ਨੂੰ ਜਿਹੜਾ ਸੀ ਸਮਝਾਉਣ ਦਾ ਯਤਨ ਕੀਤਾ ਵੀ ਇਵੇਂ ਸਿਪਾਹੀ ਆਏ ਸੀ ਫੜਨ ਵਾਸਤੇ, ਤੂੰ ਸਿੱਖੀ ਛੱਡ ਦੇ, ਤੂੰ ਸਿੱਖ ਬਣ ਕੇ ਕੀ ਲੈਣਾ, ਨਾਲੇ ਅਸੀਂ ਗਰੀਬ ਗੁਰ ਦੇ ਲੋਕ ਹਾਂ, ਕਿਰਤ ਕਰਦੇ ਹਾਂ, ਆਪਣਾ ਕੰਮ ਚਲਾਉਂਦੇ ਹਾਂ, ਘਰ ਚੱਲਦਾ ਸਾਡਾ, ਦਿਨੇ ਦਿਹਾੜੀ ਕਰੀਦੀ, ਰਾਤ ਨੂੰ ਖਾਣ ਵਾਸਤੇ ਮਿਲਦਾ ਏ, ਆਪਾਂ ਕੀ ਲੈਣਾ ਲੜਕੇ। ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ, ਨਹੀਂ ਗੱਲ ਲੜਨ ਦੀ ਨਹੀਂ ਹੈ, ਹਮ ਰਾਖਤ ਪਾਤਸ਼ਾਹੀ ਦਾਵਾ, ਸਾਡਾ ਪਾਤਸ਼ਾਹੀ ਦਾ ਦਾਵਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ, ਇਨ ਗਰੀਬ ਸਿੱਖਣ ਕੋ ਦੈ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਹੈ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਿਰਦਾਰੀ ਨਾ ਭਏ ਕਦਾਹੀ, ਇਨਹੀ ਹੀ ਕੋ ਸਰਦਾਰ ਬਣਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ, ਇਨਹੀ ਤੇ ਪੰਡਿਤ ਉਪਜਾਊਂ, ਕਥਾ ਕਰਨ ਕੀ ਰੀਤ ਚਲਾਊਂ, ਇਨਹੀ ਤੇ ਰਾਜੇ ਉਪਜਾਊਂ, ਰਾਜ ਕਰਨ ਕੀ ਜਾਚ ਸਿਖਾਊਂ। ਸਤਿਗੁਰੂ ਕਹਿ ਕੇ ਗਏ, ਮੈਂ ਇਹਨਾਂ ਗਰੀਬਾਂ ਦੇ ਵਿੱਚੋਂ ਰਾਜੇ ਪੈਦਾ ਕਰਨੇ, ਇਹਨਾਂ ਗਰੀਬਾਂ ਦੇ ਵਿੱਚੋਂ ਵਿਦਵਾਨ ਪੈਦਾ ਕਰਨੇ ਆ, ਇਸ ਕਰਕੇ ਪਾਤਸ਼ਾਹੀ ਦਾ ਦਾਅਵਾ ਰੱਖਦਾ। ਮੈਂ ਹੁਣ ਇਹ ਘਰ ਵਾਲਾ ਜਿਹੜਾ ਕੰਮ ਹੈ ਨਾ, ਇਹ ਨਹੀਂ ਕਰ ਸਕਦਾ, ਮੈਂ ਤਾਂ ਖਾਲਸੇ ਦੇ ਨਾਲ ਰਹੂੰਗਾ। ਉਹਨਾਂ ਸਮਝਾਇਆ, ਲੇਕਿਨ ਭਾਈ ਸੁੱਖਾ ਸਿੰਘ ਜੀ ਨਾ ਮੰਨੇ। ਉਹਨਾਂ ਕਿਹਾ ਨਹੀਂ, ਕਰਦਿਆਂ ਕਿਹਾ ਤੂੰ ਇੱਦਾਂ ਕਰ, ਕਿਰਪਾਨ ਲਾ ਦੇ, ਤੂੰ ਉੱਦਾਂ ਤੂੰ ਸਿੱਖ ਹੈਗਾ ਹੀ ਹੈ, ਅਤੇ ਆਪਾਂ ਵੀ ਇਹੀ ਕੁਝ ਕਹਿੰਦੇ ਹਾਂ, ਬਾਹਰੀ ਤੌਰ ਦੇ ਉੱਤੇ ਕੀ ਲੋੜ ਹੈ, ਅੰਦਰੋਂ ਸਿੱਖ ਹੋਣਾ ਚਾਹੀਦਾ। ਕਦੇ ਨਹੀਂ ਕਿਸੇ ਨੇ ਕਿਸੇ ਸਕੂਲ ਦੇ ਵਿੱਚ ਜਾ ਕੇ ਕਿਹਾ ਵੀ ਆ ਤੁਹਾਨੂੰ ਵਰਦੀ ਪਾਉਣ ਦੀ ਕੀ ਲੋੜ ਹੈ, ਤੁਸੀਂ ਤਾਂ ਪੜ੍ਹਾਉਣਾ ਹੀ ਹੈ। ਕਦੇ ਨਹੀਂ ਕਿਸੇ ਡਿਊਟੀ ਦੇ ਉੱਪਰ ਖੜ੍ਹੇ ਕਿਸੇ ਪੁਲਿਸ ਵਾਲੇ ਨੂੰ, ਕਿਸੇ ਫੌਜ ਵਾਲੇ ਨੂੰ ਕਿਹਾ ਵੀ ਆ ਲਾ ਦਿਓ ਹਾਂ ਤੁਸੀਂ ਆਪਣੀਆਂ ਵਰਦੀਆਂ, ਤੁਸੀਂ ਫੌਜ ਵਾਲੇ ਤਾਂ ਹੈਗੇ ਹੀ ਹੋ। ਇੱਦਾਂ ਨਹੀਂ ਹੁੰਦਾ, ਇਹ ਬਾਹਰੀ ਤੌਰ ਦੇ ਉੱਪਰ ਚਿੰਨ੍ਹ ਸਿੱਖੀ ਦੀ ਨਿਸ਼ਾਨੀ ਹੈ। ਭਾਈ ਵੀਰ ਸਿੰਘ ਨੂੰ ਕਿਸੇ ਨੇ ਪੁੱਛਿਆ, ਉਹਨਾਂ ਨੂੰ ਪੁੱਛਿਆ ਗਿਆ, ਕਹਿਣ ਲੱਗੇ ਸਿੱਖ ਤਾਂ ਹੈਗਾ ਹੀ ਹੈ, ਕਿਰਪਾਨ ਦੀ ਕੀ ਲੋੜ ਹੈ। ਅਤੇ ਭਾਈ ਵੀਰ ਸਿੰਘ ਕਹਿਣ ਲੱਗੇ, ਮੈਨੂੰ ਬਹੁਤੀਆਂ ਦਲੀਲਾਂ ਨਾ ਸਮਝਾਓ ਅਤੇ ਨਾ ਸਿਖਾਓ, ਬਸ ਮੈਂ ਇੱਕੋ ਗੱਲ ਜਾਣਦਾ, ਜਿਵੇਂ ਇੱਕ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ, ਉਹਨੇ ਆਪਣੇ ਸਿਰ ਦੇ ਵਿੱਚ ਸੰਧੂਰ ਪਾਇਆ ਹੁੰਦਾ, ਉਹਦਾ ਮਤਲਬ ਹੈ ਕਿ ਇਹਦਾ ਪਤੀ ਇਹਦੇ ਸਿਰ ਦੇ ਉੱਪਰ ਹੈ, ਬਸ ਆ ਮੇਰੇ ਬਾਹਰੀ ਤੌਰ ਦੇ ਉੱਪਰ ਧਾਰਨ ਕੀਤੇ ਚਿੰਨ੍ਹ ਇਹ ਗੱਲ ਦਰਸਾਉਂਦੇ ਆ, ਮੇਰਾ ਪਤੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਸਿਰ ਦੇ ਉੱਪਰ ਖੜ੍ਹਾ ਹੈ, ਮੈਨੂੰ ਬਹੁਤੀਆਂ ਦਲੀਲਾਂ ਨਾ ਸਮਝਾਓ। ਤੋ ਇਹ ਬਾਹਰੀ ਤੌਰ ਦੇ ਉੱਪਰ ਪੰਜ ਕਕਾਰ ਜਿਹੜੇ ਇਹ ਸਿੱਖ ਦੀ ਨਿਸ਼ਾਨੀ ਹੈ। ਕਰਦਿਆਂ ਕਿਹਾ ਉਤਾਰਦੇ, ਕਹਿਣ ਲੱਗਿਆ ਨਹੀਂ, ਉਹਨਾਂ ਨੇ ਰਾਤ ਦੇ ਸਮੇਂ ਨਾ
ਇੱਕ ਨਸ਼ੇ ਵਾਲੀ ਚੀਜ਼ ਜਿਹੜੀ ਸੀ ਉਹਨੂੰ ਭੋਜਨ ਦੇ ਵਿੱਚ ਖਵਾ ਕੇ ਜਦੋਂ ਬੇਸੁਰਤ ਹੋ ਕੇ ਸੌਂ ਗਿਆ ਅਤੇ ਉਸ ਵੇਲੇ ਉਹਦੇ ਕੇਸ ਜਿਹੜੇ ਸਾਨੂੰ ਕਤਲ ਕਰਤੇ। ਅੰਮ੍ਰਿਤ ਵੇਲਾ ਹੋਇਆ, ਭਾਈ ਸੁੱਖਾ ਸਿੰਘ ਜੀ ਉੱਠੇ, ਉਹਨਾਂ ਦੇਖਿਆ ਜਦੋਂ ਸਿਰ ਦੇ ਉੱਪਰ ਹੱਥ ਮਾਰਿਆ, ਦਸਤਾਰ ਹੈ ਨਹੀਂ, ਸਿਰ ਦੇ ਉੱਪਰ ਕੇਸ ਹੈ ਨਹੀਂ, ਕੰਘਾ ਹੈ ਨਹੀਂ, ਜਿਹੜੀ ਅਜੇ ਦਾੜੀ ਫੁੱਟਦੀ ਪਈ ਸੀ ਨਿੱਕੀ ਨਿੱਕੀ ਉਹ ਦਾੜੀ ਹੈ ਨਹੀਂ। ਮਨ ਵਿੱਚ ਬੜਾ ਗੁੱਸਾ ਆਇਆ, ਕੀ ਕੀਤਾ ਜਾਏ, ਚਿੱਤ ਤਿਉਂ ਕਰਦਾ ਹੈ ਇਸ ਮਾਤਾ ਪਿਤਾ ਨੂੰ ਖਤਮ ਕਰਦੇ ਆ, ਪਰ ਕਿਉਂ ਕਰਾਂ, ਇਹਨਾਂ ਨੇ ਪਾਪ ਕੀਤਾ, ਮੇਰੇ ਕੇਸ ਦਾੜੀ ਕੱਟ ਦਿੱਤੇ, ਅਤੇ ਜੇ ਇਹੀ ਕੁਝ ਮੈਂ ਕਰਾਂਗਾ ਤਾਂ ਮੈਂ ਵੀ ਪਾਪ ਕਰਾਂਗਾ, ਮਾਤਾ ਪਿਤਾ ਨੂੰ ਮਾਰ ਦਿਆਂਗਾ, ਇਹ ਨਹੀਂ ਹੋ ਸਕਦਾ, ਚਲੋ ਇੱਦਾਂ ਕਰਦਾ ਆਪਣੇ ਜੀਵਨ ਦੀ ਲੀਲਾ ਸਮਾਪਤ ਕਰ ਲੈਂਦਾ, ਆਪਣੇ ਆਪ ਨੂੰ ਖਤਮ ਕਰ ਲੈਂਦਾ। ਹੁਣ ਅੱਜ ਦੇ ਸਮੇਂ ਵਿੱਚ ਕੋਈ ਕਹੇ ਵੀ ਦੇਖੋ ਕੇਸ ਰੱਖਣ ਦੀ ਤਾਂ ਲੋੜ ਕੋਈ ਨਹੀਂ, ਬਹੁਤੇ ਇੱਦਾਂ ਦੇ ਮਿਲਦੇ ਆ। ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਇੱਕ ਬਚਨ ਕਿਹਾ, ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਉਹ ਵੀ ਕੇਸਾਧਾਰੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਭਾਵ ਕੇਸਾਧਾਰੀ ਪਰਮਾਤਮਾ ਹੈ। ਜਦੋਂ ਆਪਾਂ ਭਗਤ ਨਾਮਦੇਵ ਸਾਹਿਬ ਦਾ ਬਚਨ ਪੜ੍ਹਦੇ ਹਾਂ ਨਾ, ਉਹ ਕਹਿੰਦੇ ਖੂਬ ਤੇਰੀ ਪਗੜੀ, ਇਹਦਾ ਮਤਲਬ ਤੁਹਾਡੀ ਦਸਤਾਰ ਬਹੁਤ ਸੋਹਣੀ ਹੈ, ਅਤੇ ਦਸਤਾਰ ਕੀ ਹੈ, ਇਹਦਾ ਮਤਲਬ ਕੇਸ ਹੈ। ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇਰਾ ਨੱਕ ਬੜਾ ਸੁੰਦਰ ਹੈ, ਤੇਰੇ ਕੇਸ ਬੜੇ ਸੁੰਦਰ ਹੈ, ਪਰਮਾਤਮਾ ਨੂੰ ਲਿਖਿਆ। ਅਤੇ ਕੇਸ ਜਿਹੜੇ ਆ ਉਹ ਇੱਕ ਪੂਰਨ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਜਦੋਂ ਪਹਿਲੀ ਵਾਰ ਭਾਈ ਮਰਦਾਨਾ ਜੀ ਨੂੰ ਤਿੰਨ ਬਚਨ ਕਹੇ ਨਾ, ਅਤੇ ਉਹਨਾਂ ਤਿੰਨ ਬਚਨਾਂ ਦੇ ਵਿੱਚ ਪਹਿਲਾ ਬਚਨ ਕਿਹਾ ਸੀ ਮਰਦਾਨਿਆਂ ਕਦੇ ਕੇਸ ਨਹੀਂ ਕਟਾਉਣੇ, ਕੇਸ ਨਹੀਂ ਕਟਾਉਣੇ, ਇਹ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਹੈ, ਕਦੇ ਵੀ ਮਨੁੱਖ ਆਪਣਾ ਨੱਕ ਨਹੀਂ ਕੱਟਦਾ, ਕਦੇ ਵੀ ਮਨੁੱਖ ਆਪਣੇ ਕੰਨਾਂ ਨੂੰ ਨਹੀਂ ਕੱਟਦਾ, ਕਦੇ ਵੀ ਮਨੁੱਖ ਆਪਣੇ ਹੱਥ ਨੂੰ ਨਹੀਂ ਕੱਟਦਾ, ਪਰ ਕੇਸ ਕੱਟ ਦਿੰਦਾ, ਜਿਵੇਂ ਦੇ ਬਾਕੀ ਅੰਗ ਹੈ ਉੱਦਾਂ ਦੇ ਕੇਸ ਅੰਗ ਹੈ। ਭਾਈ ਸੁੱਖਾ ਸਿੰਘ ਦੇ ਕੇਸ ਕੱਟ ਦਿੱਤੇ ਗਏ, ਉਹ ਦੌੜਿਆ ਉੱਠ ਕੇ ਸਵੇਰੇ ਸਵੇਰ ਘਰ ਦੇ ਬਾਹਰ, ਮਗਰ ਦੌੜੇ ਹੀ ਚੱਲਿਆ ਕਿੱਥੇ ਹੈ, ਉਹਨਾਂ ਜਾ ਕੇ ਪਿੰਡ ਤੋਂ ਬਾਹਰ ਵਾਰ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਕੁਦਰਤੀ ਤੌਰ ਦੇ ਉੱਪਰ ਉਸ ਖੂਹ ਦੇ ਵਿੱਚ ਪਾਣੀ ਘੱਟ ਸੀ, ਉਹ ਜਾ ਕੇ ਸਿੱਧੇ ਖੜ ਗਏ ਅਤੇ ਉਹ ਬਚ ਜਾਂਦੇ ਹੈ। ਮਰਦਾ ਵੀ ਕਿਵੇਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਉਹਦੀ ਰਜ਼ਾ ਤੋਂ ਬਿਨਾਂ ਤਾਂ ਕੋਈ ਮਰ ਵੀ ਨਹੀਂ ਸਕਦਾ। ਐਵੇਂ ਬੰਦਾ ਬੰਦੇ ਤੋਂ ਡਰੀ ਜਾਂਦਾ ਹੈ, ਇਹਨੇ ਬੰਦਾ ਭਰਮ ਦੇ ਵਿੱਚ ਹੀ ਕਹੀ ਜਾਂਦਾ, ਇਹਨੇ ਧਾਗਾ ਸੁੱਟਤਾ ਮੇਰੇ ਵੱਲ ਨੂੰ, ਮੈਨੂੰ ਮਾਰ ਦੂਗਾ, ਇੱਦਾਂ ਹੋ ਸਕਦਾ ਕਦੇ, ਮਾਰੇ ਰੱਖੇ ਇੱਕੋ ਆਪ, ਮਾਨੁੱਖ ਹੈ ਕਸ ਨਾਹੀਂ ਹੱਥ, ਮਾਰਨ ਵਾਲਾ ਵੀ ਅਤੇ ਰੱਖਣ ਵਾਲਾ ਵੀ ਪਰਮਾਤਮਾ ਹੀ ਹੈ, ਦੂਜਾ ਕੋਈ ਨਹੀਂ ਹੈਗਾ। ਰੱਖਣ ਵਾਲਾ ਪਰਮਾਤਮਾ ਸੀ, ਸੁੱਖਾ ਸਿੰਘ ਨੂੰ ਕੌਣ ਮਾਰ ਸਕਦਾ ਸੀ। ਘਰ ਦੇ ਮਗਰ ਦੌੜੇ ਉਹਨਾਂ ਦੇ ਵੱਡੇ ਭਰਾ ਲੱਖਾ ਜੀ, ਉਹਨਾਂ ਨੇ ਜਾ ਕੇ ਖੂਹ ਦੇ ਵਿੱਚ ਉਤਰ ਕੇ ਕਿਹਾ ਚੱਲ ਸੁੱਖਾ ਸਿੰਘ ਬਾਹਰ ਆ ਜਾ, ਕੋਈ ਗੱਲ ਨਹੀਂ। ਕਹਿਣ ਲੱਗਿਆ ਨਹੀਂ, ਮੈਂ ਤਾਂ ਮਰਨਾ ਹੈ, ਮੈਂ ਤਾਂ ਖਤਮ ਕਰ ਲੈਣੀ ਹੈ ਆਪਣੇ ਜੀਵਨ ਦੀ ਲੀਲਾ, ਕਿਉਂਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਬੜਾ ਮਨਾਉਣ ਦਾ ਯਤਨ ਕੀਤਾ, ਪਿੰਡ ਦੇ ਸਾਰੇ ਲੋਕ ਆਣ ਕੇ ਖੂਹ ਦੇ ਉੱਪਰ ਖੜ ਗਏ, ਲੇਕਿਨ ਕੋਈ ਵੀ ਕਿਸੇ ਦੀ ਵੀ ਗੱਲ ਨਾ ਮੰਨੀ ਗਈ, ਭਾਈ ਸੁੱਖਾ ਸਿੰਘ ਬਾਹਰ ਨਾ ਆਏ। ਕੁਦਰਤੀ ਤੌਰ ਦੇ ਉੱਪਰ ਉੱਥੋਂ ਦੀ ਇੱਕ ਗੁਰੂ ਕਾ ਸਿੱਖ ਲੰਘ ਰਿਹਾ ਸੀ, ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਕਿ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਲੰਘਦੇ ਪਏ ਸਨ, ਕੁਝ ਵੀ ਹੋਵੇ ਕੋਈ ਸਿੱਖ ਲੰਘਦਾ ਪਿਆ ਹੈ। ਉਹਨਾਂ ਨੇ ਕਿਹਾ, ਕਹਿੰਦੇ ਕੀ ਹੋਇਆ, ਕਹਿੰਦੇ ਕਿਸੇ ਸਿੱਖ ਨੇ ਨਾ ਖੂਹ ਦੇ ਵਿੱਚ ਛਾਲ ਮਾਰਤੀ। ਸਿੱਖ ਕਹਿਣ ਲੱਗੇ ਸਿੱਖ ਹੋ ਕੇ ਤਾਂ ਕੋਈ ਛਾਲ ਨਹੀਂ ਮਾਰਦਾ। ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਆਤਮ ਘਾਤੀ ਜਗਤ ਕਸਾਈ, ਜਿਹੜਾ ਆਪਣੇ ਆਪ ਦੀ ਹੱਤਿਆ ਕਰਦਾ ਨਾ ਉਹ ਜਗਤ ਕਸਾਈ ਹੈ। ਅਤੇ ਹੱਤਿਆ ਅਸੀਂ ਇੱਦਾਂ ਵੀ ਕਰਦੇ ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ, ਅਤੇ ਵੀ ਆਪਣੇ ਆਪ ਦੀ ਹੱਤਿਆ ਹੀ ਹੈ।
ਕਹਿੰਦੇ ਸਿੱਖ ਨੇ ਛਾਲ ਮਾਰਤੀ। ਗੁਰੂ ਕੇ ਸਿੱਖ ਨੇ ਜਾ ਕੇ ਖੂਹ ਦੇ ਉੱਪਰ ਖਲੋ ਕੇ ਪੁੱਛਿਆ, ਕਹਿਣ ਲੱਗੇ ਤੂੰ ਕਿਉਂ ਛਾਲ ਮਾਰੀ? ਕਹਿੰਦਾ ਮੇਰੇ ਘਰਦਿਆਂ ਨੇ ਮੇਰੇ ਨਾਲ ਧੋਖਾ ਕੀਤਾ। ਅਤੇ ਕਹਿੰਦਾ ਫਿਰ ਅਜਾਈ ਮੌਤ ਕਿਉਂ ਮਰਦਾ ਹੈ? ਕਿਸੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰ ਜਾ, ਇੱਦਾਂ ਵੀ ਮਰਨਾ ਉੱਦਾਂ ਵੀ ਮਰਨਾ, ਮਰਨ ਮਰਨ ਵਿੱਚ ਫਰਕ ਹੈ। ਇੱਥੇ ਮਰ ਜਾਏਗਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ, ਆ ਉੱਥੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰੇਗਾ ਅਤੇ ਕੌਮ ਦੇ ਵਿੱਚ ਸਤਿਕਾਰਿਆ ਜਾਏਗਾ। ਗੱਲ ਬੜੀ ਸਮਝ ਵਿੱਚ ਆ ਗਈ, ਮਰਨਾ ਤਾਂ ਹੈ ਇੱਕ ਦਿਨ, ਪਰ ਵੇਖੋ ਮਰਨ ਮਰਨ ਵਿੱਚ ਫਰਕ ਹੈ। ਲੱਖਾਂ ਲੋਕ ਮਰ ਗਏ ਹੋਣਗੇ, ਲੱਖਾਂ ਜੰਮਦੇ ਹੋਣਗੇ, ਪਰ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। ਭਾਈ ਨਿਸ਼ਾਨ ਸਿੰਘ ਨੂੰ ਅੱਜ ਵੀ ਅਸੀਂ ਕਰ ਰਹੇ ਹਾਂ, ਕਿਉਂਕਿ ਜਿਹੜੇ ਕੌਮ ਦੀ ਖਾਤਰ ਆਪਾਂ ਕੁਰਬਾਨ ਕਰ ਗਏ, ਫਰਕ ਹੈ ਨਾ। ਕਹਿਣ ਲੱਗੇ ਕਿਸੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰ ਜਾ। ਭਾਈ ਸੁਖਾ ਸਿੰਘ ਬਾਹਰ ਆ ਗਏ, ਬਾਹਰ ਆਣ ਕੇ ਉਹਨਾਂ ਨੇ ਪਿੰਡ ਦੇ ਇੱਕ ਨੌਜਵਾਨ ਦੇ ਕੋਲੋਂ ਘੋੜੀ ਨੂੰ ਲਿਆ ਅਤੇ ਜਾ ਕੇ ਸਰਦਾਰ ਸ਼ਾਮ ਸਿੰਘ ਜੀ ਦੇ ਜਥੇ ਦੇ ਵਿੱਚ ਸ਼ਾਮਿਲ ਹੋ ਗਏ। ਸ਼ਾਮਿਲ ਹੋ ਕੇ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਦੁਬਾਰਾ ਤੋਂ ਗੁਰੂ ਕਾ ਸਿੱਖ ਬਣ ਗਿਆ। ਚਾਹ ਸੀ ਨਾ ਸਿੱਖੀ ਦੇ, ਸਿੱਖੀ ਦਾ ਮਨ ਵਿੱਚ, ਮੈਨੂੰ ਖਿਮਾ ਕਰ ਦਿਓ, ਮੈਂ ਅੱਜ ਦੀ ਗੱਲ ਤਾਂ ਕਰਦਾ ਵੀ ਆਪਾਂ ਕਿੱਥੇ ਕੋ ਖੜੇ ਹਾਂ, ਸਾਡੇ ਮਨ 'ਚ ਚਾਹ ਨਹੀਂ ਹੈ, ਅਸੀਂ ਬੱਧਾ ਚੱਟੀ ਕਰਦੇ ਹਾਂ ਜੋ ਕੁਝ ਵੀ ਕਰਦੇ ਹਾਂ। ਉਹਨਾਂ ਨੇ ਚਾਹ ਕਰਕੇ ਕੀਤਾ, ਅੰਮ੍ਰਿਤ ਵੇਲੇ ਉੱਠਦੇ ਹੈ, ਉੱਠ ਕੇ ਗੁਰੂ ਕੇ ਸਿੱਖਾਂ ਵਾਸਤੇ ਜਿਹੜਾ ਜਲ ਹੈ ਪਾਣੀ ਹੈ ਗਰਮ ਕਰਕੇ ਦਿੰਦੇ ਹੈ, ਆਪ ਹੱਥ ਵਿੱਚ ਗੜਵਾ ਲੈਂਦੇ, ਸਿੱਖਾਂ ਨੂੰ ਕਹਿੰਦੇ ਤੁਸੀਂ ਦਾਤਣ ਕਰੋ ਮੈਂ ਤੁਹਾਡਾ ਮੂੰਹ ਧਲਾਉਣਾ, ਆਪ ਜਿਹੜਾ ਮਸ਼ਕ ਭਰ ਕੇ ਲਿਆਉਂਦੇ ਸਿੱਖਾਂ ਨੂੰ ਜਲ ਛਕਾਉਂਦੇ ਹੈ, ਆਪ ਜਾ ਕੇ ਦੂਰ ਦੁਰਾਡੇ ਸ਼ਹਿਰ ਦੇ ਵਿੱਚੋਂ ਭੇਸ ਬਦਲ ਕੇ ਥੋੜ੍ਹਾ ਬਹੁਤ ਭੋਜਨ ਲੈ ਕੇ ਆਉਂਦੇ, ਸਿੱਖਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੇ ਹੈ। ਬੜੀ ਤਨਦੇਹੀ ਨਾਲ ਸੇਵਾ ਕੀਤੀ, ਸਿੱਖਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਹੈ। ਫਿਰ ਸ਼ਸਤਰ ਵਿੱਦਿਆ ਸਿੱਖਣੀ ਆਰੰਭ ਕੀਤੀ, ਅੱਜ ਜਿਹੜੀ ਆਪਾਂ ਬਿਲਕੁਲ ਹੀ ਭੁੱਲ ਗਏ ਹਾਂ। ਕੇਵਲ ਦੁਨਿਆਵੀ ਵਿੱਦਿਆ ਨੇ ਕਦੇ ਵੀ ਮਨੁੱਖ ਦਾ ਭਲਾ ਨਹੀਂ ਕੀਤਾ, ਜਿਹੜੇ ਪਾਸੇ ਅੱਜ ਅਸੀਂ ਤੁਰ ਪਏ ਹਾਂ। ਜਿਹੜੀ ਐਜੂਕੇਸ਼ਨ ਅੱਜ ਦਿੱਤੀ ਜਾ ਰਹੀ ਹੈ ਨਾ, ਉਹ ਐਜੂਕੇਸ਼ਨ ਨਹੀਂ ਹੈ, ਉਹ ਕੇਵਲ ਵਪਾਰੀ ਕਰਨਾ, ਉਹ ਬੰਦੇ ਨੂੰ ਖੁਸ਼ਕ ਬਣਾ ਰਹੀ ਹੈ, ਉਹ ਕਦੇ ਵੀ ਨੈਤਿਕ ਗੁਣ ਨਹੀਂ ਸਿਖਾ ਸਕਦੀ। ਨੈਤਿਕ ਗੁਣ ਸਿੱਖਣੇ ਹੈ ਅਤੇ ਉਹ ਗੁਰਬਾਣੀ ਦੇ ਵਿੱਚੋਂ ਮਿਲਣਗੇ, ਜਿਹੜੀ ਵਿੱਦਿਆ ਆਪਾਂ ਆਪਣੇ ਬੱਚਿਆਂ ਨੂੰ ਦੇਣ ਦਾ ਯਤਨ ਹੀ ਨਹੀਂ ਕਰਦੇ। ਜੇ ਦੁਨਿਆਵੀ ਤੌਰ ਦੇ ਉੱਪਰ ਵਿੱਦਿਆ ਜਿਹੜੀ ਉਹ ਜ਼ਰੂਰੀ ਹੈ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਵਿੱਦਿਆ ਵੀ ਅਤੀ ਜ਼ਰੂਰੀ ਹੈ। ਨੈਤਿਕ ਗੁਣ ਆਉਣਗੇ ਸਾਡੇ ਬੱਚੇ ਦੇ ਵਿੱਚ ਅਤੇ ਉਹ ਗੁਰਬਾਣੀ ਕਰਕੇ ਆਉਣਗੇ, ਖੁਸ਼ਕ ਗਿਆਨ ਕਰਕੇ ਨਹੀਂ ਆਉਣਗੇ, ਜਿਹੜੀ ਬਾਹਰੀ ਤੌਰ ਦੇ ਉੱਪਰ ਸਕੂਲਾਂ 'ਚ ਦਿੱਤੀ ਜਾਂਦੀ ਹੈ। ਭਾਈ ਸੁੱਖਾ ਸਿੰਘ ਨੇ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਦੀ ਸੰਥਿਆ ਅਤੇ ਸ਼ਸਤਰ ਵਿੱਦਿਆ ਜਿਹੜੀ ਸੀ ਉਹ ਉਸ ਵੇਲੇ ਦਲ ਖਾਲਸੇ ਦੇ ਕੋਲੋਂ ਰਹਿ ਕੇ ਸਿੱਖ ਲਈ। ਇੱਥੇ ਬਸ ਨਹੀਂ, ਫਿਰ ਉਹਨਾਂ ਨੇ ਗੁਰਬਾਣੀ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ, ਵਧੀਆ ਕੀਰਤਨ ਕਰਨਾ ਉਹਨਾਂ ਨੇ ਆਰੰਭ ਕਰਤਾ। ਹੁਣ ਕੀਰਤਨ ਕਰਨ ਲੱਗ ਗਏ, ਬੜਾ ਸਤਿਕਾਰ ਬਣ ਗਿਆ ਸਾਰੇ ਸਿੱਖਾਂ ਦੇ ਵਿੱਚ। ਜਿੱਧਰੇ ਕੋਈ ਮੁਹਿੰਮ ਸਰਨਾ ਹੋਵੇ ਉਸ ਮੁਹਿੰਮ ਦੇ ਵਿੱਚ ਭਾਈ ਸੁੱਖਾ ਸਿੰਘ ਨੂੰ ਭੇਜ ਦਿੱਤਾ ਜਾਏ। ਵੱਧ ਚੜ੍ਹ ਕੇ ਉਹਨਾਂ ਨੇ ਸਾਰੇ ਕਾਰਜਾਂ ਦੇ ਵਿੱਚ ਹਿੱਸਾ ਲੈਣਾ ਜਿਹੜਾ ਸੀ ਨਾ ਉਹ ਸ਼ੁਰੂ ਕਰਤਾ। ਇੱਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਉਸ ਵੇਲੇ ਦੇ ਜਿਹੜੇ ਹਾਲਾਤ ਸਨ, 1726 ਤੋਂ ਲੈ ਕੇ 1745 ਦੇ 45 ਤੱਕ, ਇਸ ਸਮੇਂ ਦੌਰਾਨ ਪੰਜਾਬ ਦਾ ਸੂਬੇਦਾਰ, ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਸੀ। ਉਹਨੇ ਬਹੁਤ ਸਿੱਖਾਂ ਦਾ ਘਾਣ ਕੀਤਾ। ਭਾਈ ਤਾਰੂ ਸਿੰਘ ਜੀ ਉਹਦੇ ਰਾਜਕਾਲ ਦੇ ਦੌਰਾਨ ਸ਼ਹੀਦ ਹੋਏ, ਭਾਈ ਮਣੀ ਸਿੰਘ ਜੀ, ਹੋਰ ਪਤਾ ਨਹੀਂ ਕਿੰਨੇ ਕੁ ਸਿੱਖ ਜਿਹੜੇ ਆ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਸ਼ਹੀਦ ਕੀਤੇ। ਉਹ ਬੜਾ ਜ਼ਾਲਮ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, 80 ਰੁਪਈਏ ਦਿੱਤੇ ਜਾਂਦੇ ਜਿਹੜਾ ਸਿੱਖ ਦਾ ਸਿਰ ਕੱਟ ਕੇ ਲਿਆਵੇ, 10 ਰੁਪਈਏ ਦਿੱਤੇ ਜਾਂਦੇ ਜਿਹੜਾ ਸਿੱਖ ਦੀ 10 ਪਾਵੇ,
ਅਤੇ ਤੁਸੀਂ ਹੈਰਾਨ ਹੋਵੋਗੇ 12.5 ਰੁਪਈਏ ਤੋਲਾ ਸੋਨਾ ਮਿਲਦਾ ਸੀ ਉਸ ਵੇਲੇ, ਅਤੇ ਸਿੱਖ ਦੇ ਸਿਰ ਦਾ ਮੁੱਲ 80 ਰੁਪਈਏ ਹੈ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੈ। ਸਿੱਖ ਜੰਗਲਾਂ ਵਿੱਚ ਰਹਿ ਕੇ, ਪਹਾੜਾਂ ਵਿੱਚ ਰਹਿ ਕੇ ਦਿਨ ਬਤੀਤ ਕਰਦੇ ਹੈ, ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਹਿ ਕੇ ਦਿਨ ਬਤੀਤ ਕਰਦੇ ਹੈ। ਸ਼ਸਤਰ ਵੀ ਕੋਈ ਬਹੁਤੇ ਚੰਗੇ ਨਹੀਂ, ਲੜ ਲੜ ਕੇ ਸ਼ਸਤਰ ਜਿਹੜੇ ਉਹ ਖੁੰਡੇ ਹੋ ਚੁੱਕੇ ਹੈ, ਘੋੜੇ ਵੀ ਕੋਈ ਬਹੁਤੇ ਚੰਗੇ ਨਹੀਂ, ਕਿਉਂਕਿ ਉਹਨਾਂ ਨੂੰ ਕੋਈ ਖੁਰਾਕ ਹੀ ਨਹੀਂ ਮਿਲਦੀ ਚੰਗੀ ਤਰ੍ਹਾਂ ਦੇ ਨਾਲ। ਸਿੱਖਾਂ ਦੇ ਸਿੱਖ ਵੀ ਜਿਹੜੇ ਹੈ ਉਹ ਕੇਵਲ ਅਤੇ ਕੇਵਲ ਚਣੇ ਖਾ ਕੇ ਗੁਜ਼ਾਰੇ ਕਰਦੇ ਹੈ। ਲੇਕਿਨ ਉਸ ਵੇਲੇ ਦੇ ਨਾਲ ਸਿੱਖਾਂ ਦਾ ਅਥਾਹ ਪ੍ਰੇਮ ਹੈ ਸ਼੍ਰੀ ਦਰਬਾਰ ਸਾਹਿਬ ਦੇ ਨਾਲ। ਸਮੇਂ ਸਮੇਂ 'ਤੇ ਹਕੂਮਤਾਂ ਨੇ ਦਰਬਾਰ ਸਾਹਿਬ ਨੂੰ ਖਤਮ ਕਰਨ ਦਾ ਯਤਨ ਕੀਤਾ। ਜ਼ਕਰੀਆ ਖਾਨ ਨੇ ਆਪਣੀ ਸਾਰੀ ਸਭਾ ਬੁਲਾ ਕੇ ਪੁੱਛਿਆ, ਮੈਂ ਮਾਰ ਮਾਰ ਕੇ ਥੱਕ ਗਿਆ, ਸਿੱਖਾਂ ਨੂੰ ਰੋਜ਼ ਮਾਰਦਾ, ਰੋਜ਼ ਕਤਲ ਕੀਤੇ ਜਾਂਦੇ ਆ, ਪਰ ਇਹ ਮੁੱਕਦੇ ਹੀ ਨਹੀਂ। ਇਹ ਕਿਹੜੀ ਤਾਕਤ ਹੈ ਸਿੱਖਾਂ ਦੇ ਕੋਲ, ਜਿਹੜੀ ਤਾਕਤ ਜਿਹੜੀ ਹੈ ਇਹਨਾਂ ਨੂੰ ਮੁੱਕਣ ਨਹੀਂ ਦਿੰਦੀ, ਖਤਮ ਨਹੀਂ ਹੋਣ ਦਿੰਦੀ। ਅਤੇ ਉਸ ਵੇਲੇ ਦੇ ਨਾਲ ਕਾਜ਼ੀ ਅਬਦੁਲ ਰਹਿਮਾਨ ਇੱਕ ਗੱਲ ਕਹਿਣ ਲੱਗਿਆ, ਕਹਿੰਦਾ ਮੈਨੂੰ ਲੱਗਦਾ ਜ਼ਕਰੀਆ ਖਾਨ ਜੀ, ਇਹਨਾਂ ਦੇ ਕੋਲ ਇਹਨਾਂ ਦੀ ਤਾਕਤ ਸ਼੍ਰੀ ਦਰਬਾਰ ਸਾਹਿਬ ਹੈ। ਇਹ ਜਦੋਂ ਆਉਂਦੇ ਹਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੈ, ਇਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਇਹੀ ਗੱਲ ਬਾਅਦ ਵਿੱਚ ਜ਼ਕਰੀਆ ਖਾਨ ਨੇ ਨਾਦਰ ਨੂੰ ਵੀ ਕਹੀ ਸੀ, ਮੁਰਸ਼ਦ ਇਨਕੋ ਬਲੀ ਬਹਿਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਝ ਦਿਲ ਹੋਵਤ ਸ਼ੇਰ ਬਸੇਖਾ, ਕਾਨ ਨਾ ਕਾਹੂ ਕੀ ਰਾਖਤ, ਸ਼ਹਿਣ ਸ਼ਾਹ ਖੁਦ ਹੀ ਕੋ ਭਾਖਤ, ਔਰ ਸਭਨ ਕੋ ਜਾਣ ਚੁਰਾਸੀ, ਮਾਣ ਤੇ ਆਵਤ ਆਹੇ ਅਬਨਾਸ਼ੀ। ਜ਼ਕਰੀਆ ਖਾਨ ਨੇ ਨਾਦਰ ਨੂੰ ਕਿਹਾ, ਨਾਦਰ ਜਿਹੜੇ ਲੋਕ ਸਾਡੇ ਅੱਗੇ ਹੱਥ ਜੋੜਦੇ ਹੈ ਨਾ, ਜਦੋਂ ਅੰਮ੍ਰਿਤ ਦੀਆਂ 2 ਬੂੰਦਾਂ ਇਹਨਾਂ ਦੇ ਅੰਦਰ ਚਲੀਆਂ ਜਾਂਦੀਆਂ, ਇਕੱਲਾ ਇਕੱਲਾ ਸਿੱਖ ਸਾਡੀ ਪੂਰੀ ਪੂਰੀ ਟੁਕੜੀ 'ਤੇ ਭਾਰੂ ਪੈ ਜਾਂਦਾ, ਸ਼ੇਰ ਬਣ ਜਾਂਦੇ ਗਿੱਦੜਾਂ ਤੋਂ ਜਦੋਂ ਇਹਨਾਂ ਦੇ ਅੰਦਰ ਅੰਮ੍ਰਿਤ ਚਲਿਆ ਜਾਂਦਾ ਹੈ। ਬੜੇ ਹੈਰਾਨ ਹੋਏ। ਫਿਰ ਜਾਂਦਾ ਹੋਇਆ ਨਾਦਰ 'ਤੇ ਕਹਿ ਗਿਆ, ਕਹਿੰਦਾ ਫਿਰ ਇਹ ਬਾਦਸ਼ਾਹ ਬਣ ਗਏ। ਜ਼ਕਰੀਆ ਪੁੱਛਦਾ ਹੈ ਆਪਣੀ ਸਭਾ ਨੂੰ ਵੀ ਦੱਸੋ ਤਾਂ ਸਹੀ ਕਿਹੜੀ ਤਾਕਤ ਹੈ। ਕਹਿੰਦੇ ਸ਼੍ਰੀ ਦਰਬਾਰ ਸਾਹਿਬ। ਕਹਿੰਦਾ ਇੱਦਾਂ ਕਰੋ ਫਿਰ ਪਹਿਰਾ ਲਾ ਦਿਓ ਦਰਬਾਰ ਸਾਹਿਬ ਜਾ ਕੇ, ਕੋਈ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਨਹੀਂ ਸਿੱਖ ਆਉਣਾ ਚਾਹੀਦਾ। ਇਹ ਜ਼ਿੰਮੇਵਾਰੀ ਵੀ ਉਹਨੂੰ ਹੀ ਦਿੱਤੀ ਗਈ ਜਿਹਨੇ ਸਲਾਹ ਦਿੱਤੀ ਸੀ ਕਾਜ਼ੀ ਅਬਦੁਲ ਰਹਿਮਾਨ ਨੂੰ। 2000 ਸਿਪਾਹੀ ਦੇ ਕੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਸੀ ਨਾ, ਉਹ ਉਸ ਵੇਲੇ ਪਹਿਰਾ ਲਾ ਦਿੱਤਾ ਗਿਆ, ਕੋਈ ਸਿੱਖ ਨਾ ਆ ਸਕੇ। ਅਤੇ ਕਾਜ਼ੀ ਅਬਦੁਲ ਰਹਿਮਾਨ ਹੁਣ ਤਾਕਤ ਮਿਲ ਗਈ ਜ਼ਿਆਦਾ, ਫੌਜ ਮਿਲ ਗਈ ਜ਼ਿਆਦਾ, ਅਤੇ ਇਹ ਹੋ ਹੀ ਨਹੀਂ ਸਕਦਾ ਬੰਦੇ ਕੋਲ ਤਾਕਤ ਆ ਜੇ ਅਤੇ ਹੰਕਾਰ ਨਾ ਆਵੇ। ਜੋਬਨ ਧਨ ਪ੍ਰਭਤਾ ਕੈ ਮਾਧਮੈ ਅਹਿਨਸ ਫਿਰੇ ਦੀਵਾਨਾ। ਕੋਈ ਬੰਦਾ ਬੜਾ ਭਲਾ ਮਾਨਸ ਹੈ, ਉਹਦੀ ਭਲਮਾਨਸੀ ਉਨਾ ਚਿਰ ਹੀ ਹੈ ਜਿੰਨਾ ਚਿਰ ਉਹਦੇ ਕੋਲ ਤਾਕਤ ਨਹੀਂ ਹੈਗੀ। ਤਾਕਤ ਆ ਲੈਂਦੇ ਉਹ ਫਿਰ ਪਤਾ ਲੱਗੇਗਾ ਭਲਾ ਇਹ ਭਲਾ ਮਾਨਸ ਹੈ ਕਿ ਨਹੀਂ। ਜਿਹੜੇ ਸਿਆਸਤਦਾਨ ਸਰਕਾਰ ਤੋਂ ਪਹਿਲਾਂ ਕਹਿੰਦੇ ਇੱਦਾਂ ਹੋਣਾ ਚਾਹੀਦਾ ਇੱਦਾਂ ਹੋਣਾ ਚਾਹੀਦਾ, ਉਹਨਾਂ ਨੂੰ ਸਿਆਸਤ ਵਿੱਚ ਜਾ ਕੇ ਜਦੋਂ ਰਾਜ ਸੱਤਾ ਪ੍ਰਾਪਤ ਹੋ ਜਾਂਦੀ ਭੁੱਲ ਕਿਉਂ ਜਾਂਦਾ ਹੈ? ਕਿਉਂਕਿ ਪਤਾ ਹੀ ਅਸਲ ਵਿੱਚ ਉਦੋਂ ਲੱਗਦਾ ਹੈ ਜਦੋਂ ਉਸ ਕੁਰਸੀ 'ਤੇ ਬੈਠ ਜਾਂਦੇ ਹੈ। ਸਤਿਗੁਰੂ ਕਹਿੰਦੇ ਨੇ ਜੋਬਣ ਧਨ ਪ੍ਰਭਤਾ ਕੈ ਮਾਧਮ ਹੈ ਐਨਸ ਫਿਰੇ ਦੀਵਾਨਾ, ਫਿਰ ਤਾਂ ਬੰਦਾ ਪਾਗਲ ਹੋ ਜਾਂਦਾ। ਹੁਣ ਤਾਕਤ ਮਿਲ ਗਈ। ਕਾਜ਼ੀ ਅਬਦੁਲ ਰਹਿਮਾਨ ਨੇ ਇੱਕ ਢੋਲ ਵਾਲੇ ਨੂੰ ਸੱਦਿਆ, ਸੱਦ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਸ਼ਹਿਰ ਦੇ ਵਿੱਚ ਉਹਨੇ ਢੋਲਚੀ ਨੇ ਢੰਡੋਰਾ ਪਿੱਟ ਦਿੱਤਾ। ਕਹਿਣ ਲੱਗਿਆ, ਕਹਿੰਦਾ ਹੁਣ ਕਿਸੇ ਸਿੱਖ 'ਚ ਜੁਰਤ ਹੈ, ਹਿੰਮਤ ਹੈ, ਅਤੇ ਹੁਣ ਆਣ ਕੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਵਿਖਾਓ। ਅਤੇ ਕਦੇ ਸਿੱਖ ਸੱਚ ਜਾਣਿਓ ਪਿਆਰ ਨਾਲ ਅਤੇ ਇਹਨਾਂ ਦੇ ਕੋਲੋਂ ਜੋ ਮਰਜ਼ੀ ਮਨਾ ਲਏ। ਇਹ ਹੋ ਸਕਦਾ ਕਦੇ ਵੀ ਜ਼ਾਲਮ ਜਿਹੜਾ ਹੈ ਉਹ ਲਲਕਾਰੇ ਇਹਨਾਂ ਨੂੰ, ਧੱਕੇ ਦੇ ਨਾਲ ਇਹਨਾਂ 'ਤੇ ਜ਼ੁਲਮ ਕਰਨਾ ਚਾਹੇ, ਇਹ ਸਿੱਖ ਨਹੀਂ ਹੋਣ ਦਿੰਦੇ। ਤਾਂ ਹੀ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖਿਆ ਸੀ, ਪਿਆਰ ਨਾਲ ਇਹ ਕਰਨ ਗੁਲਾਮੀ, ਟੈਂ ਨਾ ਮੰਨਦੇ ਕਿਸੇ ਦੀ, ਪਿਆਰ ਨਾਲ ਮੰਨ ਜਾਂਦੇ ਹੈ
ਪਰ ਧੱਕੇ ਨਾਲ ਕੋਈ ਮਨਾਉਣਾ ਚਾਹੇ ਤਾਂ ਸਿੱਖ ਨਹੀਂ ਮੰਨ ਸਕਦਾ। ਉਸ ਵੇਲੇ ਦੇ ਨਾਲ ਹੁਣ ਕਾਜ਼ੀ ਅਬਦੁਲ ਰਹਿਮਾਨ ਨੇ ਤਾਂ ਐਲਾਨ ਕਰਵਾ ਦਿੱਤਾ, ਪੁੱਜਦੀ ਖਬਰ ਦਲ ਖਾਲਸਾ ਤੱਕ ਪੁੱਜ ਗਈ ਵੀ ਕੋਈ ਹੈ ਸਿੱਖ ਜਿਹੜਾ ਹੁਣ ਆਣ ਕੇ ਇਸ਼ਨਾਨ ਕਰਕੇ ਵਿਖਾਵੇ। ਅਤੇ ਉਹੀ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਕਹਿਣ ਲੱਗੇ, ਹਾਂ ਫਿਰ ਮੈਂ ਜਾਵਾਂਗਾ ਇਸ਼ਨਾਨ ਕਰਨ ਵਾਸਤੇ। ਖਾਲਸੇ ਦੇ ਕੋਲੋਂ ਅਰਦਾਸ ਕਰਵਾਈ, ਅਰਦਾਸ ਕਰਵਾ ਕੇ ਨਾਲ ਭਾਈ ਗੁਰੂ ਕੇ ਸਿੱਖਾਂ ਨੂੰ ਲਿਆ, ਨਾਲ ਲੈ ਕੇ 50 ਦੇ ਕਰੀਬ ਸਿੱਖ ਅਤੇ ਸਿੱਖਾਂ ਨੂੰ ਰਣਨੀਤੀ ਬੜੀ ਕਮਾਲ ਦੀ ਗੁਰੂ ਕੇ ਸਿੱਖਾਂ ਦੀ, 50 ਕੁ ਦੇ ਕਰੀਬ ਸਿੱਖ ਲੈ ਕੇ ਅਤੇ ਉਹਨਾਂ ਨੂੰ ਪਿੱਛੇ ਅੰਮ੍ਰਿਤਸਰ ਸਾਹਿਬ ਤੋਂ ਬਾਰ ਵਾਰ ਖਿਲਾਰਤਾ, ਕਹਿਣ ਲੱਗਿਆ ਮੈਂ ਆਇਆ ਤੁਸੀਂ ਤਿਆਰ ਰਹਿਣਾ ਬਸ। ਭਾਈ ਸੁੱਖਾ ਸਿੰਘ ਜੀ ਆਏ, ਉੱਪਰ ਮੜਾਸਾ ਜਿਹਾ ਬੰਨ ਲਿਆ, ਇਸਲਾਮਿਕ ਭੇਸ ਜਿਹੜਾ ਸੀ ਬਣਾ ਲਿਆ, ਮੁਸਲਮਾਨਾਂ ਵਾਲਾ ਭੇਸ ਬਣਾ ਲਿਆ, ਕੇਸ ਦਾੜੀਆਂ ਤਾਂ ਉਹਨਾਂ ਦੇ ਵੀ ਸੀ, ਭੇਸ ਬਣਾ ਕੇ ਅੰਮ੍ਰਿਤ ਵੇਲੇ ਦਾ ਸਮਾਂ ਹੈ, ਫੌਜ ਅਜੇ ਇੱਧਰ ਉੱਧਰ ਉੱਠਦੀ ਫਿਰਦੀ ਹੈ, ਆਣ ਕੇ ਸਮੇਤ ਘੋੜੇ ਛਾਲ ਮਾਰੀ, ਮਾਰ ਕੇ ਕਰਕੇ ਇਸ਼ਨਾਨ ਲਾ ਕੇ ਡੁਬਕੀ ਨਿਕਲ ਗਏ। ਜੇ ਜਾਣਾ ਚਾਹੁੰਦੇ ਤਾਂ ਜਾ ਸਕਦੇ ਸੀ, ਕੋਈ ਸ਼ੱਕ ਨਹੀਂ, ਪਰ ਇੱਦਾਂ ਨਹੀਂ ਗਏ। ਕਹਿਣ ਲੱਗੇ ਹਾਂ ਆਇਆ ਸੀ, ਇਸ਼ਨਾਨ ਕਰ ਲਿਆ, ਹੁਣ ਜਾਣ ਲੱਗਿਆ ਦੱਸ ਕੇ ਗਏ, ਅਤੇ ਨਾਲੇ ਜਕਾਰਾ ਜਦੋਂ ਉੱਚੀ ਆਵਾਜ਼ ਵਿੱਚ ਲਾਇਆ ਫੌਜ ਨੂੰ ਭਾਜੜ ਪੈ ਗਈ, ਅਤੇ ਗੁਰੂ ਕਾ ਸਿੱਖ ਆਇਆ ਇਸ਼ਨਾਨ ਕਰਕੇ ਚਲਿਆ ਗਿਆ। ਕਾਜ਼ੀ ਅਬਦੁਲ ਰਹਿਮਾਨ ਹੌਂਸਲਾ ਜਿਹਾ ਦੇਣ ਵਾਸਤੇ ਕਹਿੰਦਾ ਇਕੱਲਾ ਹੀ ਹੈ ਫੜ ਲਓ, ਮਗਰ ਫੌਜ ਲੱਗੀ, ਕਿਉਂਕਿ 2000 ਸਿਪਾਹੀ ਸੀ, ਮਗਰ ਫੌਜ ਲੱਗੀ ਅਤੇ ਅੱਗੇ ਅੱਗੇ ਭਾਈ ਸੁੱਖਾ ਸਿੰਘ ਦੌੜੇ ਜਾ ਰਹੇ ਘੋੜੇ ਦੇ ਉੱਪਰ, ਮਗਰ ਫੌਜ ਦੌੜਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਸੀ ਅੱਗੇ ਹੋਰ ਵੀ ਫੌਜ ਖੜੀ। 50 ਦੇ ਕਰੀਬ ਸਿੱਖ ਖੜੇ ਸਨ, ਭਿਆਨਕ ਜੰਗ ਹੋਇਆ ਉੱਥੇ। ਉਸ ਜੰਗ ਦੇ ਵਿੱਚ ਜਿਹੜਾ ਲਲਕਾਰਨ ਵਾਲਾ ਸੀ ਕਾਜ਼ੀ ਅਬਦੁਲ ਰਹਿਮਾਨ, ਉਹ ਵੀ ਮਾਰਿਆ ਗਿਆ, ਲਖਪਤ ਰਾਏ ਦਾ ਭਤੀਜਾ ਮਾਰਿਆ ਗਿਆ, 100 ਤੋਂ ਵੱਧ ਉਹਦੇ ਸਿਪਾਹੀ ਜ਼ਖਮੀ ਹੋ ਗਏ, ਹਾਰ ਖਾ ਕੇ ਅਤੇ ਸਿਪਾਹੀ ਜਿਹੜੇ ਸਨ ਉਹ ਅੰਮ੍ਰਿਤਸਰ ਨਹੀਂ ਟਿੱਕੇ, ਮੁੜ ਕੇ ਦੌੜ ਗਏ ਉਹ ਵਾਪਸ, ਇਕੱਲੇ ਵਾਪਸ ਨਹੀਂ ਦੌੜੇ, ਉਹ ਭੱਜ ਗਏ ਫਿਰ ਲਾਹੌਰ ਵਾਲੇ ਪਾਸੇ ਨੂੰ। ਉਸ ਤੋਂ ਬਾਅਦ ਕਾਜ਼ੀ ਅਬਦੁਲ ਰਜ਼ਾਕ ਆਇਆ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਸਤੇ। ਉਸ ਤੋਂ ਬਾਅਦ ਉਸ ਵੇਲੇ ਮੱਸਾ ਰੰਗੜ ਨੂੰ ਭੇਜਿਆ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਉਹਨੇ ਆਣ ਕੇ ਡੇਰਾ ਲਾ ਲਿਆ। ਉਦੋਂ ਵੀ ਭਾਈ ਸੁੱਖਾ ਸਿੰਘ ਨੇ ਭਾਈ ਮਹਿਤਾਬ ਸਿੰਘ ਦੇ ਨਾਲ ਮਿਲ ਕੇ ਉਹਨੂੰ ਸੋਧਾ ਲਾਇਆ। ਕਹਿਣ ਦਾ ਭਾਵ ਸਮੇਂ ਸਮੇਂ ਦੇ ਉੱਪਰ ਹਕੂਮਤਾਂ ਨੇ ਹਮਲਾ ਕੀਤਾ, ਸਮੇਂ ਸਮੇਂ ਦੇ ਉੱਪਰ ਸਿੱਖਾਂ ਨੇ ਉਹਨਾਂ ਹਕੂਮਤਾਂ ਦਾ ਜਵਾਬ ਦਿੱਤਾ। ਉਸ ਤੋਂ ਬਾਅਦ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕੀਤੇ। ਜਦੋਂ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕੀਤੇ ਨਾ, ਅਤੇ ਇਹਦੇ ਵਿਚਾਲ ਇੱਕ ਹੋਰ ਘਟਨਾ ਵਾਪਰੀ। 1746 ਦੇ ਵਿੱਚ ਸਿੱਖਾਂ ਦੇ ਉੱਪਰ ਘੱਲੂਘਾਰਾ ਵਾਪਰਿਆ, ਜਿਹਦੇ ਵਿੱਚ 15,000 ਦੇ ਕਰੀਬ ਸਿੱਖ ਸ਼ਹੀਦ ਹੋ ਗਏ, ਅਤੇ ਇਸ ਘੱਲੂਘਾਰੇ ਦੇ ਦੌਰਾਨ ਲਖਪਤ ਰਾਏ ਫੌਜ ਦੀ ਅਗਵਾਈ ਕਰ ਰਿਹਾ ਸੀ, ਜਿਹੜਾ ਬੇਰਹਿਮੀ ਨਾਲ ਸਿੱਖਾਂ ਨੂੰ ਲੱਭ ਲੱਭ ਕੇ ਮਾਰਨਾ ਚਾਹੁੰਦਾ ਸੀ। ਭਾਈ ਸੁੱਖਾ ਸਿੰਘ ਜੀ ਨੇ ਦੇਖਿਆ, ਕਹਿੰਦੇ ਇਹ ਵੇਖੋ ਵੀ ਲਖਪਤ ਰਾਏ ਕਿੱਥੇ ਕਿ ਮੈਂ ਜਾਵਾਂਗਾ ਉਹਨੂੰ ਸੋਧਾ ਲਾਉਣ ਵਾਸਤੇ। ਉਹਨਾਂ ਇੰਨੀ ਤੇਜ਼ੀ ਦੇ ਨਾਲ ਘੋੜਾ ਦੌੜਾਇਆ, ਜਦੋਂ ਲਖਪਤ ਰਾਏ ਐਨ ਸਾਹਮਣੇ ਆ ਗਿਆ ਨਾ, ਅਤੇ ਕਰਤੇ ਨੂੰ ਸ਼ਾਇਦ ਕੁਝ ਹੋਰ ਪ੍ਰਵਾਨ ਸੀ, ਇੱਕ ਗੋਲਾ ਆਣ ਕੇ ਉਹਨਾਂ ਦੀ ਲੱਤ 'ਤੇ ਵੱਜ ਗਿਆ, ਉਹ ਲੱਤ ਜ਼ਖਮੀ ਹੋ ਗਈ, ਅਤੇ ਭਾਈ ਸੁੱਖਾ ਸਿੰਘ ਜੀ ਜਿਹੜੇ ਸਨ ਉਹਦੇ ਵਿੱਚ ਭਾਵੇਂ ਬਚ ਗਏ, ਥੋੜ੍ਹੇ ਸਮੇਂ ਬਾਅਦ ਉਹ ਜਿਹੜੀ ਲੱਤ ਸੀ ਉਹਨਾਂ ਦੀ ਠੀਕ ਹੋ ਗਈ। ਅਬਦਾਲੀ ਆ ਗਿਆ। ਅਬਦਾਲੀ ਨੇ ਉਸ ਵੇਲੇ ਦੇ ਨਾਲ ਕਾਬਲ ਦੇ ਵਿੱਚੋਂ ਵੱਡੇ ਵੱਡੇ ਪਠਾਨ ਲੈ ਕੇ ਆਉਂਦੇ, ਜਿਹੜੇ ਬਹੁਤ ਲੰਮੇ ਸੀ, ਬਹੁਤ ਤਗੜੇ ਸੀ, ਸਾਰੇ ਸਾਰੇ ਜਿਹੜੇ ਸੀ ਉਹ ਲੋਹੇ ਦੀ ਸੰਜੋ ਦੇ ਵਿੱਚ ਮੜੇ ਹੋਏ ਸੀ। ਉਹਨਾਂ ਨੂੰ ਕੋਈ ਮਾਰ ਨਹੀਂ ਸੀ ਸਕਦਾ, ਨਾ ਉਹਨਾਂ ਨਾਲ ਕੋਈ ਲੜ ਸਕਦਾ ਸੀ, ਉਹਨਾਂ ਨੂੰ ਗਿਰਜੇ ਕਿਹਾ ਜਾਂਦਾ ਸੀ। ਉਹਨੇ ਲਾਹੌਰ ਦੇ ਵਿੱਚ ਆਣ ਕੇ ਕਬਜ਼ਾ ਕਰ ਲਿਆ, ਆਪ ਦਿੱਲੀ ਚਲਿਆ ਗਿਆ ਦਿੱਲੀ ਨੂੰ ਜਿੱਤਣ ਵਾਸਤੇ। ਉਹਦੇ ਗਿਰਜੇ ਸਨ, ਉਹਨਾਂ ਨੇ ਕਿਹਾ ਵੀ ਸਿੱਖ ਵੇਖਣੇ ਆ, ਵੀ ਸੁਣਿਆ ਵੀ ਸਿੱਖ ਬੜੇ ਬਹਾਦਰ ਹੈ, ਨਾਲ ਉਹਦੇ ਪੰਜਾਬ ਦੀ ਜਿਹੜੀ ਮੁਸਲਮਾਨਾਂ ਦੀ ਫੌਜ ਸੀ
ਉਹ ਲੱਭਦੇ ਲੱਭਦੇ ਜਦੋਂ ਸਿੱਖਾਂ ਦੇ ਮਗਰ ਆਏ ਨਾ ਤਾਂ ਸਿੱਖਾਂ ਨੂੰ ਪਤਾ ਲੱਗਾ, ਸਿੱਖ ਆਮ ਕਰਕੇ ਸਿੱਧੀ ਲੜਾਈ ਘੱਟ ਹੀ ਲੜਦੇ ਸੀ ਕਿਉਂਕਿ ਗਿਣਤੀ ਬੜੀ ਥੋੜ੍ਹੀ ਸੀ। ਉਹਨਾਂ ਨੇ ਦਰਿਆ ਬਿਆਸ ਪਾਰ ਕਰ ਲਿਆ ਸਿੱਖਾਂ ਨੇ, ਉਹਨਾਂ ਗਿਰਜਿਆਂ ਨੇ ਸੁਨੇਹਾ ਭੇਜਿਆ। ਗਿਰਜੇ ਕਹਿਣ ਲੱਗੇ, ਕਹਿੰਦੇ ਵੀ ਅਸੀਂ ਸੁਣਿਆ ਸਿੱਖ ਬੜੇ ਬਹਾਦਰ ਏ, ਤਾਂ ਤੁਸੀਂ ਤਾਂ ਦੌੜੇ ਜਾ ਰਹੇ ਸਾਡੇ ਅੱਗੇ ਅੱਗੇ ਲਾ ਕੇ। ਅਤੇ ਉਸ ਵੇਲੇ ਦੇ ਨਾਲ ਇੱਕ ਗਿਲਜਾ ਜਿਹੜਾ ਸੀ ਨਾ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਅਤੇ ਐਨ ਵਿਚਕਾਰ ਆਣ ਕੇ ਖਲੋ ਕੇ ਸਿੱਖਾਂ ਨੂੰ ਲਲਕਾਰ ਕੇ ਕਹਿੰਦਾ, ਮੈਂ ਇਕੱਲਾ ਹੀ ਆਇਆ, ਕੋਈ ਹੈਗਾ ਤੁਹਾਡੇ 'ਚ ਸੂਰਮਾ ਜਿਹੜਾ ਮੇਰੇ ਇਕੱਲੇ ਨਾਲ ਲੜ ਸਕਦਾ ਹੋਵੇ? ਅਤੇ ਸੱਚੇ ਕੋਈ ਵੰਗਾਰ ਕੇ ਕਵੇ ਪੰਜਾਬ ਦੇ ਵਿੱਚ ਹੀ ਖਲੋ ਕੇ ਵੀ ਤੁਹਾਡੇ 'ਚੋਂ ਕੋਈ ਹੈਗਾ? ਭਾਈ ਸੁੱਖਾ ਸਿੰਘ ਹੀ ਸਨ, ਉਹਨਾਂ ਨੇ ਕਿਹਾ, ਕਹਿਣ ਲੱਗੇ ਇੱਦਾਂ ਦੀ ਸੰਜੋਗ ਪਾ ਦਿਓ ਮੇਰੇ ਵੀ ਸਰੀਰ ਦੇ ਉੱਪਰ। ਉਹ ਪਾ ਕੇ ਸੰਜੋਗ ਸਰੀਰ ਦੇ ਉੱਪਰ ਘੋੜੇ ਨੂੰ ਮਾਰੀ ਉਹਨਾਂ ਨੇ ਅੱਡੀ, ਉਹ ਵੀ ਅੱਧ ਦਰਿਆ ਬਿਆਸ ਦੇ ਵਿੱਚ ਆਣ ਕੇ ਖੜ ਗਏ। ਭਿਆਨਕ ਜੰਗ ਹੋਇਆ, ਇਤਿਹਾਸ ਕਹਿੰਦਾ ਲੰਮਾ ਸਮਾਂ ਜੰਗ ਹੋਇਆ, ਨਾ ਗਿਲਜਾ ਹਾਰਦਾ ਹੈ ਨਾ ਭਾਈ ਸੁੱਖਾ ਸਿੰਘ ਹਾਰਦਾ ਹੈ। ਲੜ ਲੜ ਕੇ ਥੱਕ ਗਏ ਦੋਵੇਂ, ਥੱਕਣ ਤੋਂ ਬਾਅਦ ਦੋਵੇਂ ਘੋੜੇ ਤੋਂ ਡਿੱਗ ਪਏ, ਘੋੜੇ ਥੱਕ ਗਏ, ਇੱਕ ਪਾਸੇ ਖੜ ਗਏ, ਲੇਕਿਨ ਦੋਵਾਂ ਦੇ ਵਿੱਚੋਂ ਕੋਈ ਹਾਰਨ ਵਾਸਤੇ ਤਿਆਰ ਨਹੀਂ ਸੀ। ਦੋਵਾਂ ਦੀਆਂ ਸ੍ਰੀ ਸਾਹਿਬਾਂ ਤਲਵਾਰਾਂ ਟੁੱਟ ਗਈਆਂ, ਟੁੱਟਣ ਤੋਂ ਬਾਅਦ ਬੇਹੋਸ਼ ਜਿਹੇ ਹੋ ਕੇ ਇੱਕ ਵਾਰ ਤਾਂ ਡਿੱਗ ਪਏ, ਲੇਕਿਨ ਉਹ ਗੁਰੂ ਕਾ ਸਿੱਖ ਸੀ ਜਿਹਦੀ ਅਣਖ ਨੂੰ ਵੰਗਾਰਿਆ ਗਿਆ ਸੀ। ਉੱਥੇ ਗੱਲ ਤਾਂ ਸੁੱਖਾ ਸਿੰਘ ਦੀ ਹੈ ਹੀ ਨਹੀਂ ਸੀ, ਉੱਥੇ ਤਾਂ ਗੱਲ ਪੰਥ ਦੀ ਸੀ, ਹੁਣ ਪੰਥ ਨੂੰ ਕੋਈ ਵੰਗਾਰ ਕੇ ਕਿਵੇਂ ਜਾ ਸਕਦਾ ਹੈ? ਭਾਈ ਸੁੱਖਾ ਸਿੰਘ ਉੱਠੇ, ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਗਿਲਜੇ ਦੇ ਉੱਪਰ ਵਾਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਤਾ, ਖਤਮ ਕਰਤਾ। ਪੰਥ ਨੇ ਉਹਨਾਂ ਦੀ ਬੜੀ ਵਾਹਵਾ ਵਾਹਵਾ ਕੀਤੀ, ਇੰਨੀ ਬਹਾਦਰੀ ਭਰੇ ਕਾਰਨਾਮੇ। ਫਿਰ ਜਦੋਂ 1751 ਦੇ ਵਿੱਚ ਅਬਦਾਲੀ ਚੜ੍ਹ ਕੇ ਆਇਆ ਅਤੇ ਉਹਦੀਆਂ ਫੌਜਾਂ ਦੇ ਨਾਲ ਲੜਦੇ ਲੜਦੇ ਉਸ ਵੇਲੇ ਭਾਈ ਸੁੱਖਾ ਸਿੰਘ ਜਿਹੜੇ ਸਨ ਉਹ ਸ਼ਹੀਦ ਹੋ ਜਾਂਦੇ। ਇਹ ਉਹਨਾਂ ਮਰਜੀਵੜਿਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਿਹਨੇ ਅੱਖ ਚੁੱਕ ਕੇ ਵੇਖਣ ਦਾ ਯਤਨ ਕੀਤਾ ਨਾ ਉਹਨੂੰ ਨਹੀਂ ਬਖਸ਼ਿਆ, ਜਿਹੜਾ ਸਿੱਖਾਂ ਨੂੰ ਵੰਗਾਰ ਕੇ ਲੜਨ ਵਾਸਤੇ ਆਇਆ ਸਿੱਖਾਂ ਨੇ ਉਹਨੂੰ ਕਦੇ ਨਹੀਂ ਬਖਸ਼ਿਆ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਅਤੇ ਪ੍ਰਵਾਨ ਕਰ ਲਿਆ, ਲੇਕਿਨ ਕਦਾਚਿਤ ਵਾਸਤੇ ਵੀ ਆਪਣੇ ਸਿਰ ਨੂੰ ਜਿਹੜਾ ਉਹ ਝੁਕਣ ਨਹੀਂ ਦਿੱਤਾ।